ਔਰ ਗਰੀਬ ਨਵਾਜ ਪਾਤਸ਼ਾਹ ਜੀ ਨਾ ਹੁੰਦੇ ਤਾਂ ਸੰਸਾਰ ਦੇ ਵਿੱਚ ਜਿਤਨੇ ਵੀ ਇਹ ਮੰਦਰ ਨੇ ਇਹ ਨਾ ਹੁੰਦੇ। ਇਹਨਾਂ ਵਿੱਚ ਜੇ ਪੂਜਾ ਹੋ ਰਹੀ ਹੈ ਤਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਿਰਪਾ ਕਰਕੇ। ਇਹ ਪਾਤਸ਼ਾਹ ਦੀਆਂ 14 ਜੰਗਾਂ ਨੇ ਜਿਹਦੇ ਵਿੱਚ ਹਰ ਜੰਗ 'ਚ ਗੁਰਦੇਵ ਨੇ ਜਿੱਤ ਪ੍ਰਾਪਤ ਕੀਤੀ। ਤਹੀਂ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਪਵਲੇ। ਪੂਰੇ ਸੰਸਾਰ ਭਰ ਵਿੱਚ ਕੋਈ ਕੈਸੇ ਰਹਿਬਰ ਨੇ ਕਲਗੀਧਰ ਪਾਤਸ਼ਾਹ, ਜਿਨ੍ਹਾਂ ਨੇ ਆਪਣਾ ਸਵੈ ਇਤਿਹਾਸ ਸਵੈ ਜੀਵਨੀ ਖੁਦ ਆਪਣੀ ਕਲਮ ਦੇ ਨਾਲ ਲਿਖੀ ਹੈ। ਜਦੋਂ ਕਹਿੰਦੇ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲ ਤੱਕ ਸੇਵਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਧਰਮ ਪਸੱਕ ਜਾਤੇ, ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ, ਦੇਵੀ ਦੇਵ ਦਿਉਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਕੁਰਾਨ। ਜੇ ਕਲਗੀਧਰ ਪਾਤਸ਼ਾਹ ਨਾ ਹੁੰਦੇ ਤੇ ਮਹਾਂਕਵੀ ਜੀ ਕਹਿੰਦੇ ਫਿਰ ਇੱਕ ਤਾਂ ਇੱਕੋ ਹੀ ਫੁੱਲ ਹੋਣਾ ਸੀ, ਨਾ ਕਹੂੰ ਅਬ ਕੀ ਨਾ ਕਹੂੰ ਦਬ ਤਬ ਕੀ, ਬਾਤ ਕਹੂੰ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਕਲਗੀਧਰ ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਦਿਹਾੜਾ, ਜੋ ਪੋਸ ਉਹਦੀ ਸਤਵੀਂ ਨੂੰ ਆਉਣ ਵਾਲੇ ਸਮੇਂ 17 ਤਰੀਕ ਨੂੰ ਮਨਾਇਆ ਜਾ ਰਿਹਾ ਸਮੁੱਚੇ ਖਾਲਸੇ ਪੰਥ ਵੱਲੋਂ। ਪੋਸ ਉਹਦੀ ਸਤਵੀਂ ਦਾ ਉਹ ਦਿਹਾੜਾ ਜਿਸ ਦਿਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਟਨਾ ਸਾਹਿਬ ਦੀ ਪਵਿੱਤਰ ਪਾਵਨ ਧਰਤੀ 'ਤੇ ਪ੍ਰਕਾਸ਼ ਧਾਰਨ ਕੀਤਾ। ਪੋਸ ਉਹਦੀ ਸਤਵੀਂ ਜਾਂ ਕੱਤਕ ਦੀ ਪੂਰਨਮਾਸ਼ੀ, ਇਹ ਜਿਹੜੇ ਦਿਹਾੜੇ ਨੇ ਪੁਰਾਤਨ ਜਿੰਨੇ ਵੀ ਗੁਰੂ ਸਾਹਿਬਾਂ ਦੇ ਗੁਰਪੁਰਬ ਮਨਾਏ ਜਾਂਦੇ ਆ, ਉਹ ਚੰਦਰਮਾ ਦੇ ਮੁਤਾਬਕ ਜਿਹੜੀਆਂ ਤਿੱਥਾਂ ਬਣਦੀਆਂ ਨੇ ਉਹਦੇ ਮੁਤਾਬਕ ਸਮੁੱਚੇ ਖਾਲਸੇ ਪੰਥ ਨੇ ਮੁੱਢ ਤੋਂ ਮਨਾਏ ਨੇ ਅਤੇ ਹੁਣ ਵੀ ਉਸੇ ਮਰਿਆਦਾ ਦੇ ਤਹਿਤ ਪੰਥ ਮਨਾ ਰਿਹਾ। ਤੋ ਉਹਦੇ ਮੁਤਾਬਕ ਪੋਸ ਉਹਦੀ ਸੱਤਵੀਂ ਮੁਤਾਬਕ ਜਿਹੜਾ ਉਹ ਦਿਹਾੜਾ ਹੈ ਉਹ 17 ਤਰੀਕ ਨੂੰ ਇਸ ਵਾਰੀ ਆ ਰਿਹਾ, ਜੋ ਸਮੁੱਚੇ ਖਾਲਸੇ ਪੰਥ ਨੇ ਪਟਨਾ ਸਾਹਿਬ ਸਤਿਗੁਰਾਂ ਦਾ ਪੁਰਬ ਮਨਾਉਣਾ। ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਸਵੈ ਜੀਵਨੀ ਖੁਦ ਆਪ ਲਿਖਦਿਆਂ ਆਪਣੇ ਪ੍ਰਕਾਸ਼ ਬਾਰੇ ਆਪਣੀ ਪਵਿੱਤਰ ਬਾਣੀ 'ਚ ਬਚਨ ਲਿਖੇ ਨੇ। ਮੁਰਪਤ ਪੂਰਬ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਪਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀਂ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਪਵ ਲਇਓ। ਪੂਰੇ ਸੰਸਾਰ ਭਰ ਵਿੱਚ ਕੋਈ ਇੱਕ ਐਸੇ ਰਹਿਬਰ ਨੇ ਕਲਗੀਧਰ ਪਾਤਸ਼ਾਹ, ਜਿਨ੍ਹਾਂ ਨੇ ਆਪਣਾ ਸਵੈ ਇਤਿਹਾਸ ਸਵੈ ਜੀਵਨੀ ਖੁਦ ਆਪਣੀ ਕਲਮ ਦੇ ਨਾਲ ਲਿਖੀ ਹੈ। ਇਹ ਸਾਡੇ ਲਈ ਮਾਣ ਦੀ ਗੌਰਵ ਦੀ ਗੱਲ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਜੀਵਨ ਦੌਰਾਨ ਪਟਨਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਬੇਅੰਤ ਬਾਲ ਚੋਜ ਕੀਤੇ, ਜੀਵਾਂ ਦੇ ਕਲਿਆਣ ਵਾਸਤੇ ਭਲੇ ਵਾਸਤੇ ਅਨੇਕਾਂ ਪਰਉਪਕਾਰ ਕੀਤੇ। ਉੱਥੋਂ ਹੀ ਪਟਨਾ ਸਾਹਿਬ ਤੋਂ ਚੱਲਦਿਆਂ ਗੁਰਦੇਵ ਪੰਜਾਬ ਦੀ ਧਰਤੀ 'ਤੇ ਆਏ, ਜਿੱਥੇ ਆਪਣੇ ਜੀਵਨ ਕਾਲ ਵਿੱਚ ਗੁਰਦੇਵ ਨੇ ਪੰਗਾਣੀ ਸਾਹਿਬ ਦੇ ਪੌਂਟਾ ਸਾਹਿਬ ਦੀ ਧਰਤੀ ਤੋਂ ਜੰਗ ਦੀ ਆਰੰਭਤਾ ਕਰਦਿਆਂ 14 ਜੰਗਾਂ ਲੜੀਆਂ। ਮਾਘੀ ਦਾ ਦਿਨ ਆ ਰਿਹਾ, ਉਸ ਦਿਨ ਮੁਕਤਸਰ ਸਾਹਿਬ ਦੇ ਜੰਗ ਦਾ ਜੋੜ ਮੇਲਾ ਮਨਾਇਆ ਜਾਂਦਾ। ਹਾਲਾਂਕਿ ਪੁਰਬ ਉਹ ਜਿਹੜਾ ਸਾਹਿਬ ਸ਼ਹੀਦਾਂ ਦਾ ਉਹ 40 ਮੁਕਤਿਆਂ ਦਾ ਵਿਸਾਖ ਦੇ ਮਹੀਨੇ 'ਚ ਹੁੰਦਾ ਉਹ ਜੰਗ, ਪਰ ਖਾਲਸਾ ਪੰਥ ਮਾਘੀ ਵਾਲੇ ਦਿਨ ਉਹਨਾਂ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਜੋੜ ਮੇਲੇ ਸ੍ਰੀ ਮੁਕਤਸਰ ਸਾਹਿਬ ਮਨਾਉਂਦਾ। ਇਹ ਪਾਤਸ਼ਾਹ ਦੀਆਂ 14 ਜੰਗਾਂ ਨੇ ਜਿਹਦੇ ਵਿੱਚ ਹਰ ਜੰਗ 'ਚ ਗੁਰਦੇਵ ਨੇ ਜਿੱਤ ਪ੍ਰਾਪਤ ਕੀਤੀ ਹੈ। ਜਿੱਥੇ ਪਾਤਸ਼ਾਹ ਨੇ ਜੰਗਾਂ ਦੇ ਵਿੱਚ ਸੂਰਬੀਰਤਾ ਨਾਲ ਸਮੇਂ ਦੇ ਜਿਹੜੇ ਜ਼ਾਲਮ ਹਾਕਮ ਸਨ ਉਹਨਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ, ਉੱਥੇ ਕਲਮ ਨਾਲ ਵੀ ਪਾਤਸ਼ਾਹ ਜੀ ਨੇ ਬੇਅੰਤ ਬਾਣੀ ਦੀ ਰਚਨਾ ਕੀਤੀ। ਕਵੀ ਆਪਣੇ ਕੋਲ ਰੱਖ ਕੇ ਉਹਨਾਂ ਕੋਲੋਂ ਬਹੁਤ ਸਾਰੇ ਹੋਰ ਭਾਸ਼ਾਵਾਂ ਦੇ ਗ੍ਰੰਥਾਂ ਦੇ ਅਨੁਵਾਦ ਕਰਾਉਣੇ, ਕਵੀਆਂ ਦਾ ਸਨਮਾਨ ਕਰਨਾ, ਹਰ ਪੱਖ ਤੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਸੰਪੂਰਨ ਨੇ।
ਉਹਨਾਂ ਦੇ ਸੰਪੂਰਨ ਸਰੂਪ ਦਾ ਚਿਤਰਨ ਕਰਦਿਆਂ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਇੱਕ ਛੰਦ ਵਿੱਚ ਬੜਾ ਸੁੰਦਰ ਵਰਣਨ ਕੀਤਾ। ਜਦੋਂ ਕਹਿੰਦੇ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲ ਤਾ ਕਤੇਬਨ ਕੁਰਾਨ ਕੀ ਪਾਪ ਹੀ ਪ੍ਰਪੱਕ ਜਾਤੇ ਧਰਮ ਤਸੱਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦਿਉਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਜਿਹੜੀ ਸਾਡੇ ਸਾਰੇ ਭਾਰਤ ਖੰਡ ਦੇ ਵਿੱਚ ਵੰਨ ਸੁਵੰਨਤਾ ਨਾ ਵੱਖੋ ਵੱਖਰੇ ਧਰਮ ਦੇ ਫੁੱਲ ਖਿੜੇ ਹੋਏ ਨੇ, ਇਹ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਕਰਕੇ ਹੈ। ਜੇ ਕਲਗੀਧਰ ਪਾਤਸ਼ਾਹ ਨਾ ਹੁੰਦੇ ਤਾਂ ਮਹਾਂਕਵੀ ਜੀ ਕਹਿੰਦੇ ਫਿਰ ਏਕ ਤਾਂ ਇੱਕੋ ਹੀ ਫੁੱਲ ਹੋਣਾ ਸੀ, ਨਾ ਕਹੂੰ ਅਬ ਕੀ ਨਾ ਕਹੂੰ ਦਬ ਤਬ ਕੀ ਬਾਤ ਕਹੂੰ ਮੈਂ ਜਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ। ਉਹ ਇੱਕੋ ਹੀ ਰੰਗ ਦੇ ਫੁੱਲ ਹੋਣੇ ਸੀ। ਇਹ ਵੰਨ ਸੁਵੰਨਤਾ ਜਿਹੜੇ ਵੱਖੋ ਵੱਖਰੇ ਧਰਮਾਂ ਦੇ ਮਜ਼ਹਬਾਂ ਦੇ, ਕਿਤੇ ਅਜਾਨਾਂ ਹੋ ਰਹੀਆਂ ਨੇ, ਕਿਤੇ ਪੂਜਾ ਹੋ ਰਹੀ ਹੈ, ਕਿਤੇ ਅਨੇਕ ਪ੍ਰਕਾਰ ਦੇ ਵੱਖੋ ਵੱਖਰੇ ਮਜ਼ਹਬਾਂ ਦੇ ਲੋਕ ਆਪੋ ਆਪਣੇ ਤਰੀਕਿਆਂ ਨਾਲ ਪਰਮੇਸ਼ਰ ਦੀ ਆਰਾਧਨਾ ਕਰ ਰਹੇ ਹੈ, ਤਾਂ ਇਹ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਹਾਨ ਪਰਉਪਕਾਰ ਹੈ ਭਾਰਤ ਖੰਡ ਦੀ ਭੂਮੀ 'ਤੇ। ਔਰ ਗਰੀਬ ਨਵਾਜ ਪਾਤਸ਼ਾਹ ਜੀ ਨਾ ਹੁੰਦੇ ਤਾਂ ਸੰਸਾਰ ਦੇ ਵਿੱਚ ਜਿਤਨੇ ਵੀ ਇਹ ਮੰਦਰ ਨੇ ਇਹ ਨਾ ਹੁੰਦੇ। ਇਹਨਾਂ ਵਿੱਚ ਜੇ ਪੂਜਾ ਹੋ ਰਹੀ ਹੈ ਤਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਿਰਪਾ ਕਰਕੇ। ਐਸੀ ਮਹਾਨ ਸ਼ਖਸੀਅਤ ਸਤਿਗੁਰੂ ਕਲਗੀਧਰ ਸੁਆਮੀ ਜਿਨ੍ਹਾਂ ਦੀ ਜਿਤਨੀ ਵੀ ਸਿਫਤ ਕਰੀਏ, ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ, ਗੋਬਿੰਦ ਕੀ ਵੋ ਕਮ ਹੈ। ਐਸੇ ਕਲਗੀਧਰ ਪਾਤਸ਼ਾਹ ਦੇ ਮਹਾਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੀਆਂ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਆਓ ਆਪਣੇ ਜੀਵਨ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤ ਬਾਣੀ ਨਾਲ ਜੁੜੀਏ। ਬਾਣੀ ਔਰ ਬਾਣੇ ਦੇ ਧਾਰਨੀ ਹੋ ਕਰਕੇ ਗੁਰੂ ਖਾਲਸੇ ਪੰਥ ਦੇ ਪ੍ਰਚਾਰ ਪ੍ਰਸਾਰ ਵਿੱਚ ਹਰ ਇੱਕ ਗੁਰਸਿੱਖ ਯੋਗਦਾਨ ਪਾਵੇ। ਇਹ ਨਾ ਸਮਝਣ ਕਿ ਕੁਝ ਸੰਸਥਾਵਾਂ ਨੇ ਜਾਂ ਕੁਝ ਸੰਪਰਦਾਵਾਂ ਨੇ ਕੇਵਲ ਉਹਨਾਂ ਦੀ ਜ਼ਿੰਮੇਵਾਰੀ ਹੈ ਸਮੁੱਚੇ ਪੰਥ ਦੀ ਸੇਵਾ ਕਰਨ ਦੀ। ਹਰ ਇੱਕੋ ਗੁਰਸਿੱਖ ਜ਼ਿੰਮੇਵਾਰ ਹੈ ਜਿਹਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਸੀਸ ਝੁਕਾਉਣਾ। ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਸ ਪੰਥ ਦੇ ਪ੍ਰਚਾਰ ਵਿੱਚ ਪ੍ਰਸਾਰ ਵਿੱਚ ਯੋਗਦਾਨ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।